ਪੀਲੀ ਵੋਟ ਦੀ ਗੰਦੀ ਮੈਨੇਜਮੈਂਟ ਮੁਰਦਾਬਾਦ 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 ਨੈਸ਼ਨਲ ਯੂਨੀਅਨ ਜਿੰਦਾਬਾਦ 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 ਪੀਲੀ ਵੋਟ ਦੀ ਗੰਦੀ ਮੈਨੇਜਮੈਂਟ ਮੁਰਦਾਬਾਦ 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 ਚਲੋ ਜੀ ਅੱਜ ਬਿਜਲੀ ਬੋਰਡ ਦੇ ਪੈਨਸ਼ਨਰ ਕਰਮਚਾਰੀ ਜਿਹੜਾ ਕਿ ਕਾਫੀ ਲੰਬਾ ਸਮਾਂ ਬਿਜਲੀ ਬੋਰਡ ਦੇ ਕੰਮ ਕੀਤਾ ਔਰ ਰਿਟਾਇਰ ਹੋ ਚੁੱਕੇ ਨੇ ਅਤੇ ਅੱਜ ਉਹ ਪੈਨਸ਼ਨਾਂ ਦੀ ਉਡੀਕ ਕਰ ਰਹੇ ਨੇ। ਉਹਨਾਂ ਨੂੰ ਅੱਜ 6 ਤਰੀਕ ਹੋ ਚੁੱਕੀ ਆ, ਬਿਜਲੀ ਬੋਰਡ ਦੀ ਮੈਨੇਜਮੈਂਟ ਨੇ, ਪਾਵਰਕੌਮ ਦੀ ਮੈਨੇਜਮੈਂਟ ਨੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ, ਪੈਨਸ਼ਨ ਰਿਲੀਜ਼ ਨਹੀਂ ਕੀਤੀ। ਉਹ ਆਪਣੇ ਟੈਲੀਫੋਨ ਉਡੀਕ ਰਹੇ ਨੇ, ਇੱਕ ਦੂਜੇ ਨੂੰ ਪੁੱਛਗਿੱਛ ਕਰ ਰਹੇ ਨੇ ਕਿ ਪੈਨਸ਼ਨ ਕਿਉਂ ਨਹੀਂ ਮਿਲ ਰਹੀ। ਅਤੇ ਬਿਜਲੀ ਬੋਰਡ ਦੇ ਮੈਨੇਜਮੈਂਟ ਦੇ ਕੋਲੋਂ ਅਫਸਰਾਂ ਕੋਲੋਂ ਪਤਾ ਕੀਤਾ, ਉਹ ਕਹਿੰਦੇ ਜੀ ਪੈਨਸ਼ਨ ਤੁਹਾਡੀ ਹੁਣ ਤੱਕ ਨਹੀਂ ਆਈ, ਅਸੀਂ ਇਸ ਕਰਕੇ ਪੈਨਸ਼ਨ ਦੇ ਨਹੀਂ ਸਕਦੇ। ਅੱਜ 1 ਤਰੀਕ ਨੂੰ ਆਮ ਤੌਰ 'ਤੇ ਪੈਨਸ਼ਨ ਮਿਲ ਜਾਂਦੀ ਆ, 2 ਤਰੀਕ ਲੋਕਾਂ ਨੇ ਉਡੀਕੀ, 3 ਤਰੀਕ ਉਡੀਕੀ, 4 ਤਰੀਕ ਉਡੀਕੀ ਅਤੇ 5 ਤਰੀਕ ਵੀ ਜਦੋਂ ਬੀਤ ਗਈ ਤਾਂ ਜਿਹੜੇ ਪੈਨਸ਼ਨ ਕਰਮਚਾਰੀ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ। ਇਸ ਕਰਕੇ ਅਸੀਂ ਅੱਜ ਇਸ ਰੈਲੀ ਰਾਹੀਂ ਰੋਸ ਪ੍ਰਦਰਸ਼ਨ ਕਰਕੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਕੋਲੋਂ ਇਹ ਮੰਗ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਇਹ ਪੈਨਸ਼ਨ ਦੀ ਜਿਹੜੀ ਪੈਨਸ਼ਨ ਹੈ ਉਹ ਰਿਲੀਜ਼ ਕੀਤੀ ਜਾਵੇ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ, ਉਹਨਾਂ ਦੇ ਕੋਈ ਬਿਮਾਰ ਹੈ, ਕਿਸੇ ਦਾ ਬੱਚਾ ਬਿਮਾਰ ਹੈ, ਕੋਈ ਬਿਮਾਰ ਹੈ, ਉਹਨਾਂ ਦੇ ਉਹ ਕਹਿ ਰਹੇ ਵੀ ਅਸੀਂ ਦੂਜੇ ਹੋਸਪਿਟਲ ਵਾਲੇ ਕਹਿ ਰਹੇ ਨੇ ਪੈਸੇ ਜਮ੍ਹਾਂ ਕਰਾਓ, ਪਰ ਉਹਨਾਂ ਕੋਲ ਪੈਸੇ ਜਮ੍ਹਾਂ ਕਰਾਉਣ ਵਾਸਤੇ ਟਾਈਮ ਨਹੀਂ। ਕੁਝ ਬਿਮਾਰ ਨੇ, ਕਈ ਬਜ਼ੁਰਗ ਬਿਮਾਰ ਨੇ, ਉਹਨਾਂ ਕੋਲ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਬਿਜਲੀ ਬੋਰਡ ਦੀ ਮੈਨੇਜਮੈਂਟ ਕੋਲੋਂ ਕਿ ਜਲਦੀ ਤੋਂ ਜਲਦੀ ਪੈਨਸ਼ਨ ਰਿਲੀਜ਼ ਕੀਤੀ ਜਾਵੇ, ਜੇਕਰ ਨਹੀਂ ਹੁੰਦੀ ਇੱਕ ਅੱਧੇ ਦਿਨ ਤਾਂ ਹੋ ਸਕਦਾ ਇਹ ਮੂਵਮੈਂਟ ਜਿਹੜੀ ਆਉਣ ਵਾਲੇ ਦਿਨਾਂ ਵਿੱਚ